ਪੰਜਾਬ ਸਰਕਾਰ ਵੱਲੋਂ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਰਾਹੀਂ ਚਲਾਈ ਜਾਂਦੀ ਸਮਾਰਟ ਰਾਸ਼ਨ ਕਾਰਡ ਸਕੀਮ ਦੇ ਕਾਰਡ ਧਾਰਕਾਂ ਦੀ ਪੜਤਾਲ ਦਾ 93% ਕੰਮ ਮੁਕੰਮਲ ਕਰ ਲਿਆ ਗਿਆ ਹੈ। ਪੰਜਾਬ ਵਿੱਚ ਕੁੱਲ 40.86 ਲੱਖ ਰਾਸ਼ਨ ਕਾਰਡ ਹਨ, ਜਿਨ੍ਹਾਂ 'ਚੋਂ ਸਰਕਾਰ ਵੱਲੋਂ 2.86 ਲੱਖ ਅਯੋਗ ਪਾਏ ਗਏ ਰਾਸ਼ਨ ਕਾਰਡ ਰੱਦ ਕਰ ਦਿੱਤੇ ਗਏ। ਇਹਨਾਂ ਕਾਰਡਾਂ ਦੇ 14 ਲੱਖ ਲਾਭਪਾਤਰੀਆਂ ਨੂੰ ਹੁਣ ਮੁਫ਼ਤ ਰਾਸ਼ਨ ਮਿਲਣਾ ਬੰਦ ਹੋ ਜਾਵੇਗਾ। ਪੜਤਾਲ ਦੌਰਾਨ ਬਹੁਤੇ ਰਸੂਖਵਾਨ ਨਿਕਲੇ ਹਨ, ਜੋ ਸਮਾਰਟ ਰਾਸ਼ਨ ਸਕੀਮ ਲਈ ਸ਼ਰਤਾਂ ਪੂਰੀਆਂ ਨਹੀਂ ਕਰਦੇ ਪਰ ਉਹ ਰਾਸ਼ਨ ਲੈ ਰਹੇ। ਇਹ ਲੋਕ ਨਜਾਇਜ਼ ਢੰਗ ਨਾਲ ਰਾਸ਼ਨ ਕਾਰਡ ਬਣਾ ਕੇ ਗਰੀਬ ਲੋਕਾਂ ਦੇ ਹਿੱਸੇ ਦਾ ਰਾਸ਼ਨ ਖਾ ਰਹੇ ਸਨ ਅਤੇ ਇਹਨਾਂ ਨੇ ਅਫਸਰਾਂ ਅਤੇ ਪੰਚਾਇਤਾਂ ਨਾਲ ਮਿਲ ਕੇ ਮਿਲੀ ਭੁਗਤ ਰਾਹੀਂ ਅਯੋਗ ਰਾਸ਼ਨ ਕਾਰਡ ਬਣਾਏ। ਇਹ ਸਮਾਰਟ ਰਾਸ਼ਨ ਕਾਰਡ ਸਕੀਮ ਅਧੀਨ ਬਣੇ ਰਾਸ਼ਨ ਕਾਰਡ 15 ਜੂਨ 2016 ਨੂੰ ਉਸ ਸਮੇਂ ਦੇ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਦੇ ਦਸਤਖਤਾਂ ਨਾਲ ਜਾਰੀ ਹੋਏ ਸਨ, ਜਿਨ੍ਹਾਂ ਨੂੰ ਜਾਰੀ ਹੋਇਆ 7 ਸਾਲ ਦੇ ਲਗਭਗ ਸਮਾਂ ਹੋ ਚੁੱਕਿਆ ਹੈ। ਕਾਂਗਰਸ ਦੇ ਕਾਰਜਕਾਲ ਦੌਰਾਨ 2017 ਵਿੱਚ 69,945 ਅਯੋਗ ਰਾਸ਼ਨ ਕਾਰਡ ਅਤੇ 2018 ਵਿੱਚ 34,972 ਅਯੋਗ ਰਾਸ਼ਨ ਕਾਰਡ ਰੱਦ ਕੀਤੇ ਗਏ ਸਨ। ਸਾਲ 2019 ਵਿੱਚ 94,037, ਸਾਲ 2020 ਵਿੱਚ 1.89 ਲੱਖ ਅਤੇ ਸਾਲ 2021 ਵਿੱਚ 3306 ਅਯੋਗ ਰਾਸ਼ਨ ਕਾਰਡ ਰੱਦ ਕੀਤੇ ਗਏ। ਇੰਝ ਕੁੱਲ 3.82 ਲੱਖ ਰਾਸ਼ਨ ਕਾਰਡ ਰੱਦ ਕੀਤੇ ਗਏ। ਕਈ ਡਿਪੂ ਹੋਲਡਰਾਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਰਾਸ਼ਨ ਕਾਰਡਾਂ ਦੀ ਪੜਤਾਲ ਸਹੀ ਢੰਗ ਨਾਲ ਨਹੀਂ ਹੋਈ। ਉਹਨਾਂ ਦੀ ਰਾਏ ਹੈ ਕਿ ਹਰ ਪਿੰਡ ਵਿੱਚ ਖੁਰਾਕ ਅਤੇ ਸਿਵਲ ਸਪਲਾਈ ਵਿਭਾਗ ਵੱਲੋਂ ਇਕੱਠ ਕੀਤਾ ਜਾਵੇ ਅਤੇ ਡਿਪੂ ਹੋਲਡਰਾਂ ਦੇ ਸਹਿਯੋਗ ਨਾਲ ਹਰ ਕਾਰਡ ਧਾਰਕ ਰਾਸ਼ਨ ਲੈ ਰਹੇ ਮੈਂਬਰਾਂ ਨੂੰ ਪੇਸ਼ ਕੀਤਾ ਜਾਵੇ ਅਤੇ ਉਸਦੇ ਆਧਾਰ 'ਤੇ ਕਾਰਡਾਂ ਵਿੱਚੋਂ ਮੈਂਬਰਾਂ ਦੀ ਛਾਂਟੀ ਕੀਤੀ ਜਾਵੇ। ਇਹ ਵੀ ਵੇਖਣ ਵਿੱਚ ਆਇਆ ਕਿ ਇਹ ਇੱਕ ਕਾਰਡ ਹੋਲਡਰ ਖੁਦ ਸਾਬਕਾ ਫੌਜੀ ਹੈ, ਉਸਦੀ ਪਤਨੀ ਮਰੀ ਹੋਈ ਹੈ ਅਤੇ ਉਸਦਾ ਪੁੱਤਰ ਅਤੇ ਪੋਤਾ ਵਿਦੇਸ਼ ਵਿੱਚ ਗਏ ਹੋਏ ਹਨ ਅਤੇ ਉਹ ਸਾਰਿਆਂ ਮੈਂਬਰਾਂ ਦਾ ਰਾਸ਼ਨ ਇੱਥੋਂ ਲੈ ਰਿਹਾ ਹੈ। ਇਸ ਤਰ੍ਹਾਂ ਕਈ ਕਾਰਡ ਹੋਲਡਰਾਂ ਦੇ ਕਈ ਪਰਿਵਾਰਕ ਮੈਂਬਰ ਸਰਗਵਾਸ ਹੋ ਚੁੱਕੇ ਹਨ ਅਤੇ ਉਹਨਾਂ ਦਾ ਕਾਰਡ ਵਿੱਚੋਂ ਨਾਮ ਨਹੀਂ ਕੱਢਿਆ ਗਿਆ ਅਤੇ ਲੋਕ ਮਰਿਆਂ ਦੇ ਰਾਸ਼ਨ ਲਈ ਜਾ ਰਹੇ। ਹੋਰ ਤਾਂ ਹੋਰ, 7 ਸਾਲਾਂ ਦੌਰਾਨ ਕਈ ਕਾਰਡ ਹੋਲਡਰਾਂ ਦੀਆਂ ਲੜਕੀਆਂ ਵਿਆਹੀਆਂ ਗਈਆਂ ਅਤੇ ਉਹ ਸਹੁਰੇ ਘਰ ਰਹਿੰਦੀਆਂ ਹਨ ਪਰੰਤੂ ਰਾਸ਼ਨ ਪੇਕਿਆਂ ਵੱਲ ਜਾ ਰਿਹਾ। ਜਿਸ ਤਰ੍ਹਾਂ ਸਰਕਾਰ ਨੇ ਇਸ਼ਤਿਹਾਰਾਂ ਰਾਹੀਂ ਅਖਬਾਰਾਂ ਵਿੱਚ ਬਿਜਲੀ ਮੁਫ਼ਤ ਕਰ ਸੰਬੰਧੀ ਲੋਕਾਂ ਨੂੰ ਜਾਗਰੂਕ ਕੀਤਾ ਸੀ, ਇਸੇ ਤਰ੍ਹਾਂ ਰਾਸ਼ਨ ਕਾਰਡਾਂ ਬਾਰੇ ਵੀ ਕਰੇਗੀ।